सुल्तान मल्टीमीडिया 786 चैनल नाल जुड़ियां सारियां संगतां नूं जय पीरां दी। अज दी वीडियो विच आपां गल करांगे कि वीरवार वाले दिन पीरां नूं मन्नण वालियां नूं घर दे विच किहड़ी चीज़ नहीं बनाउणी चाहीदी, किहड़ी चीज़ दा परहेज करना चाहीदा। सो हथ जोड़ के बेनती है इस वीडियो नूं पूरा जरूर देखियो ते इस चैनल नूं भी जरूर सबसक्राइब करियो। पीरां दी प्यारी साह संगत जी, जेड़े लोग पीरां नूं मानदे आ उन्हां वास्ते वीरवार बहुत ही ज़्यादा खास दिन हुंदा है, बहुत ही ज़्यादा पाक ते पवित्र दिन हुंदा है। वैसे तां सारे ही दिन उस परमात्मा दे आ, पीरां फकीरां दे आ, गुरुआं दे आ, पर सारे दिनां दे विच्चों वीरवार जिहनूं गुरुवार भी कहा जांदा, ਉਹ ਪੀਰਾਂ ਫਕੀਰਾਂ ਦਾ ਖਾਸ ਦਿਨ ਹੈ। ਉਸ ਦਿਨ ਪੀਰਾਂ ਫਕੀਰਾਂ ਦੇ ਨਾਮ ਦੀਆਂ ਚੌਂਕੀਆਂ ਲੱਗਦੀਆਂ, ਉਹਨਾਂ ਦੇ ਨਾਮ ਦੀ ਰਹਿਮਤ ਹੁੰਦੀ ਆ ਅਤੇ ਗੁਰੂਵਾਰ ਨੂੰ ਹੀ ਅਸੀਂ ਘਰਾਂ ਦੇ ਵਿੱਚ ਨਿਆਜਾ ਬਣਾ ਕੇ ਆਪਣੇ ਪੀਰੋ ਮੁਰਸ਼ਦ ਨੂੰ ਭੋਗ ਲਗਾਉਂਦੇ ਹਾਂ, ਲੋਕ ਲੰਗਰ ਲਾਉਂਦੇ ਆ। ਇਸ ਕਰਕੇ ਵੀਰਵਾਰ ਬਹੁਤ ਜ਼ਿਆਦਾ ਪਾਕ ਅਤੇ ਪਵਿੱਤਰ ਦਿਨ ਆ। ਕਈ ਲੋਕ ਕੀ ਕਰਦੇ ਆ, ਜਾਣੇ ਅਣਜਾਣੇ ਦੇ ਵਿੱਚ ਆਪਣੇ ਘਰ ਮੀਟ ਬਣਾ ਲੈਂਦੇ ਆ, ਆਂਡੇ ਬਣਾ ਲੈਂਦੇ ਆ, ਕਈ ਲੋਕ ਤਾਂ ਬੀਅਰ ਤੱਕ ਸ਼ਰਾਬ ਤੱਕ ਪੀਂਦੇ ਆ। ਉਹ ਜਾਣੇ ਅਣਜਾਣੇ 'ਚ ਬਹੁਤ ਵੱਡਾ ਪਾਪ, ਗਲਤੀ, ਨਹੀਂ ਗੁਨਾਹ ਕਰ ਰਹੇ ਆ। ਜਿਹੜੇ ਲੋਕ ਵੀਰਵਾਰ ਵਾਲੇ ਦਿਨ ਘਰ ਦੇ ਵਿੱਚ ਮੀਟ, ਸ਼ਰਾਬ ਅਤੇ ਆਂਡੇ ਦਾ ਸੇਵਨ ਕਰਦੇ ਆ, ਉਹ ਫਿਰ ਚਾਹੇ ਸਾਰੀ ਜ਼ਿੰਦਗੀ ਪਾਠ ਪੂਜਾ ਬੰਦਗੀ ਕਰਦੇ ਰਹਿਣ, ਚਾਹੇ ਸੋਨੇ ਦੇ ਬਣ ਜਾਣ, ਉਹਨਾਂ ਨੂੰ ਕੋਈ ਨਹੀਂ ਤਾਰ ਸਕਦਾ। ਉਹਨਾਂ ਦੇ ਬੇੜੇ ਕਦੇ ਬੰਨੇ ਨਹੀਂ ਲੱਗਣਗੇ ਜਿਹੜੇ ਵੀਰਵਾਰ ਵਾਲੇ ਦਿਨ ਮੀਟ, ਸ਼ਰਾਬ, ਆਂਡੇ ਦਾ ਸੇਵਨ ਕਰਦੇ ਆ। ਇਹ ਵੈਸੇ ਵੀ ਮਹਾਪਾਪ ਹੀ ਆ, ਸ਼ਰਾਬ ਪੀਣੀ, ਮੀਟ, ਸ਼ਰਾਬ, ਆਂਡੇ ਖਾਣੇ। ਪਰ ਜਿਹੜੇ ਲੋਕ ਨਹੀਂ ਹਟ ਸਕਦੇ, ਪੀਰਾਂ ਨੂੰ ਮੰਨਦੇ ਆ, ਉਹ ਵੀਰਵਾਰ ਨੂੰ ਤਾਂ ਇਸ ਦਿਨ ਦਾ ਪਰਹੇਜ਼ ਜ਼ਰੂਰ ਕਰਨ। ਜੇਕਰ ਇਨਸਾਨ ਜਾਣੇ ਦੇ ਹੁੰਦੇ ਹੋਏ ਵੀ ਇਹ ਕੰਮ ਕਰੇ ਤਾਂ ਪੀਰੋਂ ਨੂੰ ਕਦੇ ਮਾਫ਼ ਨਹੀਂ ਕਰਨਗੇ, ਕਦੇ ਉਹਦੀ ਪਾਠ ਪੂਜਾ ਬੰਦਗੀ ਮਨਜ਼ੂਰ ਨਹੀਂ ਹੋਵੇਗੀ। ਇੱਕ ਨਾ ਇੱਕ ਦਿਨ ਉਸ ਇਨਸਾਨ ਦਾ ਪਤਨ ਜ਼ਰੂਰ ਹੋਵੇਗਾ, ਉਹਦੇ ਬੇੜੇ ਕਦੇ ਬੰਨੇ ਨਹੀਂ ਲੱਗਣਗੇ। ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਵੀਰਵਾਰ ਵਾਲੇ ਦਿਨ ਮੀਟ, ਸ਼ਰਾਬ, ਆਂਡੇ ਤੋਂ ਹਮੇਸ਼ਾ ਹੀ ਦੂਰ ਰਹੋ ਅਤੇ ਇਹਦਾ ਨਾਂ ਵੀ ਨਾ ਲਵੋ। ਬਸ ਉਸ ਦਿਨ ਆਪਾਂ ਕੀ ਬਣਾ ਸਕਦੇ ਹਾਂ ਘਰ ਵਿੱਚ, ਕਿਹੜੀ ਦਾਲ ਸਾਨੂੰ ਬਣਾਉਣੀ ਚਾਹੀਦੀ ਆ, ਉਹ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਕਿ ਕਿਹੜੀ ਦਾਲ ਵੀਰਵਾਰ ਨੂੰ ਸਗਨਾਂ ਵਾਲੀ ਦਾਲ ਹੁੰਦੀ ਆ, ਕਿਹੜੀ ਦਾਲ ਪੀਰਾਂ ਦੇ ਬਹੁਤ ਜ਼ਿਆਦਾ ਪਸੰਦ ਆ, ਇਸ ਬਾਰੇ ਗੱਲ ਕਰਾਂਗੇ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਇਸ ਗੱਲ 'ਤੇ ਗੌਰ ਜ਼ਰੂਰ ਕਰਿਓ, ਇਹ ਇੱਕ ਪਰਹੇਜ਼ ਜ਼ਰੂਰ ਕਰਿਓ, ਫਿਰ ਤੁਹਾਡੇ 'ਤੇ ਤੁਹਾਡਾ ਪੀਰੋ ਮੁਰਸ਼ਦ ਖੁਸ਼ ਹੋਵੇਗਾ। ਜੇ ਤੁਸੀਂ ਪਰਹੇਜ਼ ਨਹੀਂ ਕੀਤਾ ਇਸ ਚੀਜ਼ ਦਾ, ਇਸ ਕੰਮ ਨੂੰ ਨਹੀਂ ਛੱਡਿਆ, ਤਾਂ ਪੀਰ ਸਖ਼ਤ ਨਾਰਾਜ਼ ਹੋ ਜਾਣਗੇ। ਜਿੰਨੇ ਕੰਮ ਬਣਦੇ ਆ ਸਾਰੇ ਹੀ ਵਿਗੜ ਜਾਣਗੇ, ਕੋਈ ਕੰਮ ਸਿਰੇ ਨਹੀਂ ਲੱਗੇਗਾ ਅਤੇ ਪੀਰ ਤੁਹਾਡੇ ਵੱਲ ਨਿਗਾਹ ਨਹੀਂ ਕਰਨਗੇ, ਗੌਰ ਨਹੀਂ ਕਰਨਗੇ। ਫਿਰ ਚਾਹੇ ਜਿੰਨੇ ਮਰਜ਼ੀ ਨੱਕ ਰਗੜੀ ਜਾਇਓ, ਜਿੰਨੀਆਂ ਮਰਜ਼ੀ ਮਿਹਨਤਾਂ ਕਰੀ ਜਾਇਓ, ਕਿਸੇ ਨੇ ਤੁਹਾਡੀ ਸਾਰ ਨਹੀਂ ਲੈਣੀ। ਇਸ ਕਰਕੇ ਇਸ ਕੰਮ ਦਾ ਪਰਹੇਜ਼ ਜ਼ਰੂਰ ਕਰਿਓ। ਪਰਮਾਤਮਾ ਪੀਰੋ ਮੁਰਸ਼ਦ ਸਭ ਨੂੰ ਸਦਬੁੱਧੀ ਦੇਵੇ, ਜਿੱਦਾਂ ਦੇ ਉਹਨੂੰ ਪਸੰਦ ਆ ਉੱਦਾਂ ਦੇ ਸਾਨੂੰ ਬਣਾਵੇ। ਆਮੀਨ।